श्री वाहिगुरु साहिब जीओ श्री नानक पद पंकज बंदन पद पंकज बंदन सिमरो अंगद दुख निकंदन अमरदास गुर हृदय नित त्यावु हृदय नित श्री गुरु रामदास गुण गावो श्री आर जन बेगन नह के नाशक बेगन नह के नाशक हर गोबिंद शुभ सुमातह पर काशक श्री हर राय नमो कर जोरी नमो कर गुरु हर कृष्ण मनाई बहोरी तेग बहादुर परम केर पाला जियो परम केर पाला श्री गुरु गोबिंद सिंह विसाला तरो तरह पर पुन पुन सीसा वाहिगुरु पुन पुन सीसा बंदो बार बार जगदीसा जिस मह अमृत ज्ञान है मानक भगत बैराग श्री गुरु ग्रंथ साहिब उदद बंदो कर अनुराग एक अंकार सतगुरु जह प्रसाद सच हो वाहे गुरु जी की फतेह है बिघन विनाशन वाहे गुरु जी की फतेह है बिघन विनाशन सोए सतनाम श्री वाहिगुरु साहिब जी दोहरा मान बचन गुर को तबै काहू करी सोकार जह जह सूबे ताहे के दिने देख अपार वाहिगुरु जी का खालसा वाहिगुरु जी की फतेह परम सन्मान योग चवर छतर तख्त सुभाए मान हाजरा हजूर जहरा जहूर समरथ सतगुरु धन धन श्री गुरु ग्रंथ साहिब सचे पातशाह जी दी पावन मुकदस गोद दे अंदर जुड़ करके संध्या दे दीवाना दे अंदर हाजरियां भर रहे सत संगी जनों वड्डियां भागा वाले हो जो सतगुरु गुरु हरि कृष्ण साहब महाराज जी दे पावन अस्थान दे उपर श्रद्धा सत्कार दे नाल जुड़ करके जगत गुरु सतगुरु गुरु नानक साहब महाराज जी दे पावन इतिहास दी कथा सुरत दी एकाग्रता दे नाल आप जी निता प्रति सरवण करदे हो गुरु नानक साहब पातशाह ने कृपालता कीती वलायत रोम देश दे अंदर बादशाह कारू जिहड़ा अपनी प्रजा दे उपर बहुत जुल्म करन वाला है इन्ना को धन दा लालची भी जिथों कितों भी उन्हों ये सो प्राप्त होई भी फलानी जगह धन है उन्हें छल कपट धक्के जोर दे नाल ओ धन अपने खजाने दे अंदर जमा कीता इहदा भराता बादशाह हरून जिन्हें चाली गंज खजाना जमा कीता इन्हें उहदे नालों वधीक पंताली गंज खजाना जोड़ना कीता
ਇਹਦੀ ਪਰਜਾ ਬਹੁਤ ਦੁਖੀ ਹੈ। ਇੱਥੋਂ ਤੱਕ ਕਿ ਕਬਰਾਂ ਦੇ ਵਿੱਚੋਂ ਵੀ ਜਿਹੜੇ ਕਬਰਾਂ ਦੇ ਅੰਦਰ ਦਫ਼ਨ ਕੀਤੇ ਹੋਏ ਮੁਰਦੇ ਸਨ, ਉਹਨਾਂ ਦੇ ਮੂੰਹਾਂ ਦੇ ਵਿੱਚੋਂ ਵੀ ਇਹਨੇ ਜੋ ਚਾਂਦੀ ਦੇ ਸਿੱਕੇ ਸਨ ਉਹ ਵੀ ਕਢਵਾ ਲਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦੋਂ ਇਸ ਬਾਬਤ ਪਤਾ ਲੱਗਾ, ਮਹਾਰਾਜ ਨੇ ਦਰਬਾਨ ਨੂੰ ਆਖਿਆ, ਕਹਿਣ ਲੱਗੇ, ਦਰਬਾਨ ਤੂੰ ਇੱਕ ਵੇਰਾ ਜਾ ਕਰਕੇ ਸਾਡੇ ਵੱਲੋਂ ਬਾਦਸ਼ਾਹ ਕਾਰੂ ਨੂੰ ਆਖਣਾ ਕਰ ਵੀ ਬਾਹਰ ਇੱਕ ਫਕੀਰ ਆਇਆ ਜਿਹੜਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਕਿਸੇ ਪਦਾਰਥ ਦੀ ਜਾਚਨਾ ਨਹੀਂ, ਕੇਵਲ ਬਚਨ ਬਲਾਸ ਦਰਸ਼ਨ ਕਰੋ ਅਤੇ ਜੀਵਨ ਸਫਲ ਕਰ ਲਵੋ। ਬਾਦਸ਼ਾਹ ਕਾਰੂ ਆਉਂਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਧਰਤੀ ਤੋਂ ਠੀਕਰੀਆਂ ਇਕੱਠੀਆਂ ਕਰ ਰਹੇ ਸਨ। ਕਾਰੂ ਪੁੱਛਦਾ, ਕਹਿਣ ਲੱਗਾ, ਸੱਚੇ ਪਾਤਸ਼ਾਹ ਵੀ ਇਹ ਠੀਕਰੀਆਂ ਤੁਸੀਂ ਇਕੱਠੀਆਂ ਕਰ ਰਹੇ ਹੋ ਕਿਉਂ? ਮਹਾਰਾਜ ਕਹਿਣ ਲੱਗੇ, ਇਹ ਠੀਕਰੀਆਂ ਦਰਗਾਹ ਦੇ ਵਿੱਚ ਕੰਮ ਆਉਣਗੀਆਂ। ਕਾਰੂ ਹੱਸ ਪਿਆ, ਕਹਿਣ ਲੱਗਾ, ਗਰੀਬ ਨਵਾਜ, ਉੱਥੇ ਤਾਂ ਮਨੁੱਖ ਦਾ ਸਰੀਰ ਵੀ ਨਹੀਂ ਪਹੁੰਚਦਾ, ਠੀਕਰਾਂ ਕਿਵੇਂ ਜਾਣਗੀਆਂ? ਮਹਾਰਾਜ ਕਹਿਣ ਲੱਗੇ, ਜੇ ਤੈਨੂੰ ਇੰਨੀ ਸਮਝ ਹੈ ਫਿਰ ਤੂੰ ਜਿਹੜਾ 45 ਗੰਜ ਖਜ਼ਾਨਾ ਜਮ੍ਹਾਂ ਕੀਤਾ ਉਹ ਕਿਸ ਵਾਸਤੇ ਕੀਤਾ, ਉਹ ਕਿਹੜਾ ਤੇਰੇ ਨਾਲ ਜਾਣਾ? ਜਦੋਂ ਸਤਿਗੁਰੂ ਜੀ ਨੇ ਬਚਨ ਆਖੇ ਉਸੇ ਸਮੇਂ ਸਮਝ ਪੈ ਗਈ, ਦਤਾਰ ਦੇ ਚਰਨਾਂ ਦੇ ਉੱਪਰ ਢਹਿ ਪਿਆ। ਕਹਿੰਦਾ, ਗਰੀਬ ਨਵਾਜ, ਕਿਰਪਾ ਕਰੋ, ਮੈਨੂੰ ਉਪਦੇਸ਼ ਬਖਸ਼ੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ, ਜਿੰਨਾ ਤੂੰ ਇਸ ਧਰਤੀ ਦੇ ਉੱਪਰ ਮਾੜੇ ਕਰਮ ਕੀਤੇ ਨੇ ਉਹਨਾਂ ਕਰਮਾਂ ਦਾ ਫਲ ਤੈਨੂੰ ਨਰਕਾਂ ਦੇ ਅੰਦਰ, ਦੋਜ਼ਖ ਦੇ ਅੰਦਰ ਭੋਗਣਾ ਪਵੇਗਾ। ਕਹਿੰਦਾ, ਸਤਿਗੁਰੂ, ਕੋਈ ਉਪਾਅ ਕਰੋ ਜਿਸ ਕਰਕੇ ਮੈਂ ਦੋਜ਼ਖ ਦੀ ਅਗਨੀ ਤੋਂ ਬਚ ਜਾਵਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਬਚ ਸਕਦਾ ਹੈ ਪਰ ਬਚੇਗਾ ਤਾਂ ਜੇ ਸ਼ੁਭ ਕਰਮ ਕਰੇਗਾ, ਨਾਮ ਜਪੇਗਾ। ਗਰੀਬ ਗੁਰਬਿਆਂ ਦੇ ਅੰਦਰ ਜਿਹੜਾ ਧਨ ਤੂੰ ਲੁੱਟਣਾ ਕੀਤਾ ਉਹ ਸਾਰਾ ਵੰਡ ਦੇ, ਜਿਹਨੂੰ ਜਿਹਨੂੰ ਤੂੰ ਆਪਣੀ ਕੈਦ ਦੇ ਅੰਦਰ ਰੱਖਿਆ ਹੋਇਆ ਸਾਰਿਆਂ ਨੂੰ ਰਿਹਾਅ ਕਰ ਦੇ, ਭਲਾ ਹੋ ਜਾਵੇਗਾ। ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸੁਣੇ, ਚਰਨਾਂ 'ਤੇ ਨਮਸਕਾਰ ਕੀਤੀ, ਹੁਕਮ ਦੇ ਦਿੱਤਾ, ਕਹਿਣ ਲੱਗਾ, ਰਿਹਾ ਕਰ ਦਿਓ ਜਿਹੜੇ ਕੈਦ ਵਿੱਚ ਹਨ, ਰਿਹਾ ਕਰ ਦਿੱਤੇ, ਧਨ ਲੋੜਵੰਦਾਂ ਦੇ ਅੰਦਰ ਵੰਡ ਦਿੱਤਾ। ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਬੈਠਾ। ਗਰੀਬ ਨਵਾਜ, ਪਾਤਸ਼ਾਹ ਦੇ ਬਚਨ ਜੋ ਸਤਿਗੁਰੂ ਕਹਿ ਰਹੇ ਹਨ, ਪ੍ਰੇਮ ਸਹਿਤ ਉਹਨਾਂ ਪਵਿੱਤਰ ਬਚਨਾਂ ਨੂੰ ਮੰਨ ਰਿਹਾ, ਆਓ ਸੁਰਤ ਦੀ ਇਕਾਗਰਤਾ ਬਣਾਈਏ। ਗਰੀਬ ਨਵਾਜ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਵੇਂ ਕਿਰਪਾ ਵਰਤਾ ਕਰਕੇ ਵਲਾਇਤ ਰੂਮ ਦੇ ਅੰਦਰ ਸੁੱਖ ਸ਼ਾਂਤੀ ਵਰਤਾ ਰਹੇ ਹਨ? ਚੱਲਦੇ ਪ੍ਰਕਰਨ ਦੇ ਅਨੁਸਾਰ ਇਤਿਹਾਸ ਸਰਵਣ ਕਰੀਏ। ਦੋਹਰਾ ਮਾਨ ਬਚਨ ਗੁਰ ਕੋ ਤਬੈ ਕਾਰੂ ਕਰੀ ਪੁਕਾਰ। ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੋ ਬਚਨ ਆਖਣੇ ਕੀਤੇ, ਉਹਨੇ ਉਸੇ ਸਮੇਂ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਮੰਨ ਕੇ ਉਹ ਸਾਰੀ ਕਾਰ ਕਰ ਦਿੱਤੀ। ਜਿਵੇਂ ਸੱਚੇ ਪਾਤਸ਼ਾਹ ਨੇ ਆਖਿਆ, ਕੈਦੀ ਰਿਹਾ ਕਰ ਦੇਵੋ, ਕਰ ਦਿੱਤੇ। ਗਰੀਬਾਂ ਲੋੜਵੰਦਾਂ ਦੇ ਅੰਦਰ ਧਨ ਵੰਡ ਦੇਵੋ, ਉਸੇ ਸਮੇਂ ਵੰਡ ਦਿੱਤਾ। ਅਤੇ ਹੋਰ ਸਤਿਗੁਰੂ ਜੀ ਦੇ ਪਵਿੱਤਰ ਬਚਨ ਬਾਦਸ਼ਾਹ ਕਾਰੂ ਪ੍ਰੇਮ ਦੇ ਨਾਲ ਮੰਨ ਰਿਹਾ ਹੈ। ਜਹ ਜਹ ਸੂਬੇ ਤਾਹੇ ਕੇ ਬਚਨ ਗੁਰ ਕੋ ਤਬੈ ਅਪਾਰ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਚਨ ਮੰਨ ਕਰਕੇ ਜਿਹੜੇ ਜਿਹੜੇ ਸੂਬੇ ਇਹਦੇ ਅਧੀਨ ਆਉਂਦੇ ਸਨ, ਕਿਉਂਕਿ ਕਈ ਦੇਸ਼ ਇਹਦੇ ਅਧੀਨ ਚੱਲਦੇ ਸਨ, ਬੜਾ ਵੱਡਾ ਬਾਦਸ਼ਾਹ ਸੀ। ਹੁਣ ਜਿੱਥੇ ਜਿੱਥੇ ਵੀ ਇਹਦਾ ਰਾਜ ਭਾਗ ਫੈਲਿਆ ਹੋਇਆ ਸੀ, ਉਹਨਾਂ ਸਾਰੇ ਰਾਜ ਭਾਗਾਂ ਦੇ ਅੰਦਰ, ਸੂਬਿਆਂ ਦੇ ਅੰਦਰ ਇਹਨੇ ਅਪਾਰ ਲੰਗਰ ਚਲਾਉਣ ਵਾਸਤੇ ਰਸਦਾਂ ਦਾ ਪ੍ਰਬੰਧ ਕਰ ਦਿੱਤਾ। ਸਾਂਤ ਪਏ ਤਬ ਰੋਮ ਵਿਲਾਇਤ। ਹੁਣ ਵਿਲਾਇਤ ਰੋਮ ਦੇਸ਼ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ
उथे सुख शांति वरत गई है। जह तह देवन लगे खरायत। हुण जिहड़े लोक सन ओ किरत करदे ने घर विच पैसा भी आउंदा। हुण जदों घर विच पैसा आउण लगा लोकां दा जीवन सुखमई हो गया। ते जेकर कोई लोड़बंद उन्हां दे दरवाजे ते पहुंचदा ओ लोड़बंदां नूं खरायत देण लगे। हुण सतगुरु गुरु नानक साहिब महाराज जी दे रूम देश दे अंदर जाण करके जिहड़े जुलम होंदे सन, जिहड़ा बादशाह कारू अपनी प्रजा दे उपर जुलम करदा सी, उन्हां नूं तंग करदा सी, उन्हां दी धन संपदा नूं लुट लैंदा सी, सतगुरु जी दे पवित्र चरण पैण दे नाल ओ सारे जुल्मां दी कार टल गई है। मानव आवन सगले लागे। हुण सतगुरु गुरु नानक साहिब पातशाह जी दे चरणां दे विच रूम देश दे सारे लोक भावना सहित दर्शना लई आउण लगे। हुण जिहड़ा कोई सतगुरु जी दे चरणां विच आउंदा है भावना सहित अपनी भेटा रख करके दतार दे पवित्र चरण कमलां दे उपर नमस्कारां कर रिहा है। सारे देश दे अंदर ए बात पता लग चुकी है भी सतगुरु गुरु नानक साहिब पातशाह ने किरपा कीती है, जिस करके बादशाह कारू दे जीवन दे अंदर तब्दीली हो गई है। ओ सतगुरु गुरु नानक साहिब जी दी किरपा दे पात्र बनन दे लई सारे लोक दतार दे चरणां दे विच भेटावां रख के श्रद्धा सत्कार दे नाल नमस्कारां कर रहे हन। श्री गोबिंद सचिंदन आनंदा। सारे आ के कहिंदे ने हे सचिदानंद, धन गुरु नानक साहिब महाराज तुसी ही इस धरती दे श्रेष्ठ आसरे हो। बोलियो कारू दवै कर जोरी। हुण जदों सारी नगरी दे अंदर सुख वरत गई, एक दिन बादशाह कारू गुरु नानक साहिब जी दे चरणां दे अंदर आया, दोनों हाथ जोड़ करके इने बेनती कीती। मोह पर पे तुम मेहर न थोरी। कहण लगा हे सतगुरु गुरु नानक साहिब पातशाह, मेरे उपर भी तुसी जिहड़ी अपनी नदरे अनायत है महरामत भरी दृष्टि ओ थोड़ी नहीं कीती। महाग्रत हो निग्रत जातो। वे मैं ता प्रजा दे उपर जबर जुल्म करके रसातल दी डूंगी खड्ड दे अंदर निगरदा जा रहा सा। कह कर काढ़ियो कर दुख हातो। तुसी अपना दुखां दा नास करन वाला कृपा भरिया हाथ दे करके मैनू इस भव सागर दे अंदर डुबण तों बचाउणा कीता है। दोहरा भला होए मेरो अबै आई पई उर आए। हे सतगुरु जी, हुण मेरे हिरदे दे अंदर ए आस बज चुकी है, मैनू भरोसा बज चुकिया है भी तुहाडे बचना दी कृपालता सदका मेरा हुण लोक ते परलोक दे विच भला हो जावेगा। आप प्रसन्न खुदाए हो मार दीन सपताए। हे सतगुरु गुरु नानक साहिब महाराज, तुसी गुप्त रूप दे अंदर खुदा दे भेजे हुए दूत हो, जिन्हां मेरे ते कृपालता कीती मैनू ओझड़ जांदे नूं अपनी कृपा भरी दृष्टि दिखा करके मार्ग दिखा देता है। जो पई बार बार बंद है पद गुर को। हुण बार बार बादशाह कारू सतगुरु गुरु नानक साहिब जी दे पवित्र चरण कमलां दे उपर नमस्कारां कर रिहा है। मन अधीन कर प्रेम है उर को। अपने हिरदे दे अंदर विशाल प्रेम धारण करके उन्हें अपना मन गुरु दे चरणां दे विच एक सुर कीता होया है। मेहर तरे बोले सुखदाए। हुण बार बार जदों नमस्कारां कर रहे धन गुरु नानक साहिब महाराज, मेहर दे घर अंदर टिके ते सुखां दे दाते ने अपनी रसना तो पवित्र बचन आखणे कीते। कारू ए मग मिलन खुदाए। सतगुरु कहण लगे हे कारू, ए जिस मार्ग दे उपर तू चल रिया है
असल दे विच इस मार्ग दे उपर चलिया खुदा दे नाल मिलाप हो जांदा है। तुझ पर कृपा पई है तूरन, तेरे उते खुदा ने बहुतात कृपालता वरता दिती है। महा पाप हुए सब चूरन, जेड़े तू इस धरती दे उपर बड़े वड़े वड़े पाप कीते सन, जेड़े तू हुण तक माड़े कर्म कीते सन, तेरे ओ सारे पाप कर्म नास हो गए हन। हृदय बिखै पा चित कर पाया, तेरे हिरदे दे अंदर हुण करतार वाहिगुरु जी दा वासा हो गया है। बंधन ते हुए उदारा, जिस हिरदे दे अंदर परमेश्वर जी दे नाम दी कृपा नाल परमात्मा जी दे स्वरूप दा वासा हो जावे, फिर ओ जीव दा संसारक भव सागर दे बंधना तो पार उतारा हो जांदा है। कारू कहे मेहर पी तेरी, हुण जदों सचे पादशाह ने बचन कीते कहण लगे कारू जिस मार्ग दे उपर तू चल रहे है ए मार्ग खुदा दे घर नूं जांदा है, तेरे पाप नास हो चुके ने। बादशाह कारू ने हाथ जोड़े कहण लगा गरीब नवाज ए सारी कृपालता तुसी ही कीती होई है। काटे लोभ हृदय ते बेरी, मेरे हिरदे दे अंदर जड़ियां लोभ रूपी बेड़ियां दे संगल पए हुए सन, तुसी अपनी कृपा वरता के ओ लोभ रूपी बेड़ी दे संगल कट दिते हन। मुझको पंथ बतायो निका, तुसी ही कृपालता कीती है जेड़ा मैनू ए श्रेष्ठ मार्ग दसना कीता है। भला कारण आए सब ही का, तुसी इस धरत दे उपर मानवता दा भला करन लई आए हो। केतक दिवस गुर तहां बिताए, हुण सतगुरु गुरु नानक साहिब महाराज जी ने कई दिन फिर रोम देश दे अंदर बादशाह कारू उथों दी प्रजा नूं परमेश्वर दे नाम दे अंदर जोड़दिया बतीत कीते। सर्व लोक तह सुखी बसाए, सारियां नूं नाम दे अंदर सतगुरु जी ने जोड़ना कीता। हुण जिहड़े नाम तो टुटे हुए सन, क्योंकि गुरमुखो इस धरती दे उपर दुख उदों ही है जिवें पावन बचन आपां गुरबाणी दे पढ़िए परमेश्वर ते भुल्लिआं व्यापन सबै रोग, जिन्हां नूं परमात्मा भुल जावे फिर तन दे मन दे रोग उत्पन्न हो जांदे ने। जिस हिरदे दे अंदर परमात्मा दी जोत प्रगट हो जावे, जिहड़ा हिरदा भावना नाल नाम जपना शुरू कर देवे, फिर गुरमुखो ओ लोक सुख आराम दे नाल नाम जपदिया जीवन बसर करदे हन। नाम दान की सिखिया दीनी, सतगुरु जी ने कृपालता कीती, नाम दी श्रेष्ठ सिखिया उथों दे सारे वसनीकां नूं बख्शिश कीती। पए निहाल हृदय जिन लेनी, जिन्हां जिन्हां सतगुरु जी दे पासों नाम दी बख्शिशां प्राप्त कीतियां, जिहड़े सत संगत दे अंदर जुड़ करके परमात्मा दे नाम नूं आराधदे ने, फिर ओ सारिआं दा धरत दे उपर आया निहाल 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 हो गया है। त्रास देश को सब निरवारा, जिहड़ा इस देश दे लोकां दे मन अंदर डर वसिआ होया सी, गुरु नानक साहिब ने कृपालता कीती ओ सारा डर दूर कर दिता। कारू नेके मग महंडारा, क्योंकि बादशाह कारू लोभ दे विच ग्रसिया होया प्रजा ते जुल्म कर रहा सी, ओ प्रजा जेड़ी ओदी अपनी सी जेकर कोई ओदे अगे बोलदा सी कारू जेल विच सुटवा दिंदा सी, ओदी जमीन ओदी धन संपदा जब्त कर लेनी, पर जदों सतगुरु गुरु नानक साहिब दी कृपा हुई महाराज ने बादशाह कारू नूं चंगे मार्ग दे उपर तोरना कीता। और गमन की किन्नी तैयारी, उथों दे लोकां दा फिर सारा डर ओ खत्म हो गया, ते जदों कई दिन महाराज ने कृपा वरतौंदिआं इस स्थान ते बतीत कीते, हुण अगले मार्ग दे उपर चलण दी सतगुरु जी ने तैयारी कीती। तब कारू अस गिरा उचारी, जदों बादशाह कारू नूं पता लगा भी हुण गुरु नानक साहिब जी अगले मार्ग ते चलण लगे ने, चरणा विच पहुंचिया
दतार दे चरणा दे उपर नमस्कार करके दोनों हाथ जोड़ करके इन्हें बेनती कीती। कृपा तार रहे मुझ पासु। कहन लगा हे कृपा दे असगा सागर सतगुरु गुरु नानक सह महाराज मेरे ते ऐसे तरह कृपालता कर दिया तुसी मेरे पास मेरे इस देश दे अंदर रहना करो। गमनन त्यार के विश्वासु। हे सतगुरु जी क्यों तुसी अगले मार्ग दे उपर चलन दी तैयारी कर लई है। मैं सेवक सब पांत तुम्हारा। सतगुरु जी तुसी इत्थे रह करके राज भाग दे आनंद नू मानना करो। मैं तुहाडा सेवक भले तरीके दे नाल तुहाडे चरणां विच रह के सेवा करांगा। सर्ब देश कीनो निसतारा। तुसी अपने पावन मुबारक चरण इस धरती दे उपर पौने कीते ते मेरे इस सारे देश दा पार उतारा कर दिता है। रहत नहीं जे करो त्याना। हुण सतगुरु महाराज कहण लगे कारू अगे भी बहुत ऐसे देश हन जिथे असी लोकां दा भला करना है जिथे लोक नाम तो टुट के ए लोभ मोह अहंकार दी अग दे अंदर सड़दे पए ने। बादशाह कारू ने फिर हाथ जोड़े कहिंदा महाराज जेकर तुसी मेरे कोल रहना नहीं जे तुसी अगले मार्ग दे उपर जान दा फैसला कर लिया है। उन दर्शन देवो अब काना। फिर मैनू ए दसो भी परत के तुसी कदों मेरे कुल आ करके मैनू अपने दर्शन बख्शिश करोगे। सुन के बोले कृपा निदाना। हुण जदों बादशाह कारू ने बेनती कीती कहिंदा महाराज तुहाडे दर्शन किवें होणगे कदों तुसी परत के दर्शन देवोगे ते कृपा दे खजाने सतगुरु गुरु नानक साहिब ने बचन कीते। सिमरो नाम होए कल्याणा। बादशाह कारू परमात्मा दे सचे नाम दा सिमरन करियो नाम दी कृपा दे नाल तुहाडा कल्याण होवेगा। हिरदे ध्यान अपने तुम तार हो। जदों तुसी परमात्मा दे नाम दा सिमरन करोगे अपने अंतर आत्मिक सरोवर तल ते टिक के जदों ध्यान एकाग्र करोगे यही हमारो मिलन विचार हो। फिर उस समय तुहानू अंतर आत्मे सुरत दी एकाग्रता दे नाल साडे दर्शन होया करनगे। यही है जो अपना मिलन होवेगा इस बात नू तुसी हिरदे दे अंदर विचार ना करो। विदा पए हर कै बरियाई। सतगुरु गुरु नानक साहिब महाराज ने इन्ने बचन कीते ने। बादशाह कारू ने दतार दे चरण कमलां दे उपर नमस्कार कीती ते सचे पादशाह जी उथो चल पए हन। गमने आन स्थान गुसाई। सतगुरु गुरु नानक साहिब पातशाह जिहड़े धरती दा आसरा हन रोम देश तो अगले स्थान वल नू जाना कीता। दोहरा जग जगम गात तब तारनी जगत विखे जोत। सतगुरु गुरु नानक साहिब सचे पातशाह जी दे पावन इतिहास दा इत्थों फिर 17वां अध्याय आरंभ हो जाता है ते आरंभ दे अंदर महाकवि भाई संतोख सिंह जी ने पहला मंगल उचारण कीता ते भाई संतोख सिंह जी कहिंदे ने भी जगत दे अंदर जिस दी जोत जगमग कर रही है जिसने इस जगत दे विचों अविद्या रूपी अंधकार दूर कीता होया है। जय जालपा जय करी के जय सुमत उदोत। जो सारदा हंस दी सवारी करदी है जेड़ी हर पासे विजयमान है किसे भी रूप दे विच कितों हारदी नहीं हे ऐसी शारदा मेरे ते कृपालता करो मैनू श्रेष्ठ बुद्धि बख्शिश करके मेरे हिरदे दा अंधकार दूर कर देवो। श्री बाला मसुंदर बाच चौपाई श्री अंगद सुनिए सुखदानी। हुण 17वें अध्याय दी आरंभता भाई बाला जी सतगुरु गुरु अंगद साहिब पातशाह जी दे सन्मुख बैठे ने बेनती करके कहिंदे ने हे सुखां दे दाते गुरु अंगद साहिब महाराज
तुसी प्रेम सहत गुरु नानक साहिब जी दा इतिहास सरवण करो। आगे गमन कीन गुण खानी, गुणा दी खान गुरु नानक साहिब महाराज वलायत रोम दे अंदर बादशाह कारू दा भला कर दिया, उनू नाम दे नाल जोड़ करके सारे लोकां नू नाम दा उपदेश बख्शिश करके अगले मार्ग दे उपर चल पए हन। हसब बिलायत गए दयाला, दया करन वाले दयालु गुरु नानक साहिब महाराज फिर अगे हवस बलायत देश दे अंदर दतार ने पहुंचना कीता। बात सहात है दुष्ट विसाला, हुण इस हवस बलायत दा जिहड़ा बादशाह है जिहड़ा कि बहुत भैड़ी बुद्धि दा मालिक है, हिंदू नर ते देश जे आवे, इस देश दे अंदर जे कोई हिंदू धर्म दे नाल संबंधित इंसान आउंदा है, गहे ताहे जम ताम उठावे। हुण हवस बलायत दे बादशाह दे हुक्म दे नाल उस हिंदू नूं पकड़ करके उसे समय कतल कर दिता जांदा है। जिसके तुम प्रगट पई सारे, इस बात दी तुम सारे संसार दे अंदर प्रगट है, जो हिंदू पावे ते मारे, जेड़ा कोई हिंदू भुलिया भटकिया हवस बलैत दे अंदर पहुंच जांदा है ओनू उसे समय पकड़ के कतल कर दिता जांदा है। पहुंचे सतगुर नाम जपावन, सतगुरु गुरु नानक साहिब सचे पातशाह जी इत्थे पहुंचे ने, दतार दा मुख मनोरथ इथों दे लोकां नूं भैड़े कमां तों वर्ज करके नाम जपाउणा है। टेटे चलत सुध मग पावन, जिहड़े लोक पुठे मार्गां ते चलदे ने भैड़ी मत दे धारनी पुठे मार्गां दे उपर चलण वाले ओ लोक जिन्हां नूं सतगुरु गुरु नानक साहिब पातशाह अपनी कृपा दे नाल सीधे मार्ग दे उपर पा रहे हन। करत को कर्म से सर्ब हटावन, जिहड़े लोक भैड़े को कर्म करदे ने गुरु नानक साहिब पातशाह कृपा करके उन्हां नूं भैड़े कर्म करन तों हटा दिंदे हन। नेको त्रोम उपदेश दृढ़ावत, उन्हां नूं श्रेष्ठ चंगा धर्म नाम जपण दा उपदेश दृढ़ करवाउंदे हन। दोहरा ते छिन खिलक आकाश ते उतरियो गुर टिग आए। हुण भाई बाला जी सतगुरु गुरु अंगद साहिब नूं कहिंदे ने, कहिंदे सच्चे पातशाह जदों गुरु नानक साहिब जी ने हवस बलैत देश दे अंदर जाना कीता ते उस समय असमान दे विचों एक चोला थले उतरिया, जिहड़ा चोला सतगुरु गुरु नानक साहिब महाराज जी दे पास पहुंच गया है। रंग ना जानियो जावरी अचरज बनियो बन आए, कहिंदे उहदा रंग जिहड़ा किसे भी रूप दे अंदर जानिया नहीं जा सकदा, भाव उह किहड़े रंग दा है, बहुत ही बिस्मादक तरीके दे नाल उह चोला तैयार कीता गया है। चौपाई सर्व भांत के लिखिए अखर, हुण उस चोले दे उपर सारियां तरह दे अखर अंकित कीते गए हन। हिंदव बोहर पारसी ता पर, हिंदी दे विच पारसी दे अंदर भी उहदे उपर आयतां लिखियां होईयां हन। अरबी तौर तुर्की जोर, अरबी दे अंदर अते तुर्की भाषा दे विच भी बहुत कुछ उस चोले दे उपर उकरिया होया है। संस्कृत जो अखर सोए, अते संस्कृत दे अखर भी उस चोले दे उपर छपे हुए हन। सो लिख काले गुर पग पायो, हुण जदों ओ चोला आकाश दे विचों सतगुरु गुरु नानक साहिब महाराज दे कुल पहुंच गया, दतार ने ओ चोला लै करके अपने तन उते धारण कर लिया है। रंग कुदरती अदक सुहायो, हुण कुदरती रंग दा बनिया होया ओ चोला जदों दतार ने अपने तन उते धारण कीता ते बहुत सोना लग रहा है। जेहपुर रिखे रहे अब निपा, हुण जिस जगह दे उपर
इस हवस बलायत देश दा राजा रहिंदा है। बैठे देके जाए समीपा सतगुरु ओदे महलां दे बिलकुल नेड़े जा करके सुभाई मान हो गए हन। जब नर निकस बिलोक्यो आई हुण जदो सतगुरु जी ने ओदी राजधानी दे विच राजे दे महलां दे कुल जा करके डेरा कीता ते जिहड़े लोक आपो अपने घरां तों बाहर निकले उन्हां ने सतगुरु गुरु नानक साहिब महाराज दे पवित्र दर्शन कीते। हृदय विशाल हृदय विस्माई हुण सतगुरु जी दे दर्शन करदे ने महाराज दे तन उते धारण कीता होया विस्मादक चोला ਉਹ ਲੋਕ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ। ਪ੍ਰਗਟ ਨਗਰ ਮੈਂ ਜਬ ਸੁਧ ਹੋਈ ਹੁਣ ਜੋ ਜਿਉਂ ਜਿਉਂ ਲੋਕਾਂ ਨੇ ਸਤਿਗੁਰੂ ਜੀ ਨੂੰ ਵੇਖਣਾ ਕੀਤਾ ਇੱਕ ਦੂਜੇ ਦੇ ਨਾਲ ਬਾਤ ਕਰਦੇ ਨੇ ਕਹਿੰਦੇ ਫਲਾਣੀ ਜਗ੍ਹਾ ਦੇ ਉੱਪਰ ਫਕੀਰ ਬੈਠਾ ਹੈ ਜਿਹਨੇ ਧਨ ਉੱਤੇ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਚੋਲਾ ਧਾਰਨ ਕੀਤਾ ਹੋਇਆ। ਹੁਣ ਗੱਲ ਚੱਲਦੀ ਚੱਲਦੀ ਸਾਰੇ ਨਗਰ ਦੇ ਅੰਦਰ ਪ੍ਰਗਟ ਹੋ ਗਈ ਹੈ। ਤਾਏ ਤਾਏ ਦੇਖੇ ਸਭ ਕੋਈ ਲੋਕ ਦੂਰੋਂ ਦੂਰੋਂ ਚੱਲ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੇਖਣ ਲਈ ਆਉਣ ਲੱਗੇ। ਬਾਤ ਸਹਾ ਕੇ ਜਾਏ ਅਗਾਰੀ ਹੁਣ ਜਿਉਂ ਜਿਉਂ ਲੋਕ ਵੇਖਦੇ ਨੇ ਸਾਰੇ ਨਗਰ ਦੇ ਅੰਦਰ ਖਬਰ ਫੈਲੀ ਕਿਸੇ ਨੇ ਜਾ ਕਰਕੇ ਇੱਥੋਂ ਦੇ ਬਾਦਸ਼ਾਹ ਦੇ ਅੱਗੇ ਵੀ ਇਹ ਸਾਰੀ ਵਿਥਿਆ ਦੱਸਣੀ ਕੀਤੀ। ਨਰਨ ਸੁਣਾਏ ਦਿਨ ਸੁਧ ਸਾਰੀ ਉਹਨੇ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਰੀ ਵਿਥਿਆ ਬਾਦਸ਼ਾਹ ਨੂੰ ਦੱਸਣੀ ਕੀਤੀ। ਬਾਹਰ ਇੱਕ ਆਏ ਦਰਵੇਸਾ ਉਹ ਸੱਜਣ ਜਾ ਕਰਕੇ ਦੱਸਦਾ ਬਾਦਸ਼ਾਹ ਸਲਾਮਤ ਤੁਹਾਡੇ ਨਗਰ ਦੇ ਬਾਹਰੋਂ ਬਾਹਰ ਇੱਕ ਇਕਾਂਤ ਦੇ ਅੰਦਰ ਇੱਕ ਦਰਵੇਸ਼ ਇੱਕ ਫਕੀਰ ਨੇ ਆਪਣਾ ਆਸਣ ਲਗਾਉਣਾ ਕੀਤਾ ਹੈ। ਸੁਣਿਓ ਨਾ ਪਿਖਿਓ ਮਿਲਕ ਗੁਰ ਐਸਾ ਜਿਹੜਾ ਉਹਨੇ ਆਪਣੇ ਤਨ ਉੱਤੇ ਚੋਲਾ ਧਾਰਨ ਕੀਤਾ ਅੱਜ ਤੋਂ ਪਹਿਲਾਂ ਨਾ ਤਾਂ ਉਹੋ ਜਿਹਾ ਚੋਲਾ ਕਦੀ ਵੇਖਣਾ ਕੀਤਾ ਤੇ ਨਾ ਹੀ ਉਸ ਚੋਲੇ ਦੀ ਬਾਬਤ ਅਸੀਂ ਕਦੇ ਕੁਝ ਸੁਣਨਾ ਕੀਤਾ ਹੈ। ਕੁਰਾਨ ਕੇ ਤੀਰ ਸਮਾਰੇ ਵੀ ਜਿਹੜੇ ਕੁਰਾਨ ਦੇ ਤੀਸ ਸੁਪਾਰੇ ਹਨ ਪਰ ਲਿਖ ਰਹੇ ਹੈ ਸਾਰੇ ਉਹ ਤੀਸ ਸੁਪਾਰੇ ਉਸ ਚੋਲੇ ਦੇ ਉੱਪਰ ਬੜੇ ਸੁੰਦਰ ਤਰੀਕੇ ਦੇ ਨਾਲ ਲਿਖੇ ਹੋਏ ਹਨ। ਅੱਖਰ ਪੰਜ ਪ੍ਰਕਾਰ ਹੈ ਸੋ ਜਿਹੜੇ ਪੰਜ ਪ੍ਰਕਾਰ ਦੇ ਅੱਖਰ ਹਨ ਲਿਖੇ ਸਰਬ ਨੀਕੀ ਵਿਦ ਸੋ ਉਹ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਉਸ ਚੋਲੇ ਦੇ ਉੱਪਰ ਉਕਰੇ ਹੋਏ ਹਨ। ਦੋਹਰਾ ਸੁਣਿਓ ਸ੍ਰੋਣ ਪਾਤ ਸਾਹ ਤਬਲੀਨ ਵਜ਼ੀਰ ਬੁਲਾਏ ਹੁਣ ਜਦੋਂ ਜਾ ਕੇ ਇੱਕ ਇਨਸਾਨ ਨੇ ਦੱਸਣਾ ਕੀਤਾ ਬਾਦਸ਼ਾਹ ਨਗਰ ਦੇ ਬਾਹਰ ਫਕੀਰ ਆਇਆ ਜਿਹਦੇ ਤਨ ਉੱਤੇ ਪਾਇਆ ਹੋਇਆ ਚੋਲਾ ਨਾ ਕਦੀ ਵੇਖਿਆ ਤੇ ਨਾ ਹੀ ਕਦੀ ਇਹੋ ਜਿਹੇ ਚੋਲੇ ਦੀ ਬਾਬਤ ਸੁਣਿਆ ਉਹਦੇ ਉੱਪਰ ਕੁਰਾਨ ਦੀਆਂ ਆਇਤਾਂ ਲਿਖੀਆਂ ਨੇ ਪੰਜ ਪ੍ਰਕਾਰ ਦੇ ਅੱਖਰ ਵੀ ਅੰਕਿਤ ਕੀਤੇ ਹੋਏ ਨੇ ਤੇ ਜਦੋਂ ਬਾਦਸ਼ਾਹ ਨੇ ਇਹ ਬਾਤ ਸੁਣਨੀ ਕੀਤੀ ਉਹਨੇ ਉਸੇ ਸਮੇਂ ਆਪਣੇ ਸਾਰੇ ਵਜ਼ੀਰ ਆਪਣੇ ਕੋਲ ਬੁਲਾਉਣੇ ਕੀਤੇ। ਬਾਹਰ ਇੱਕ ਦਰਵੇਸ਼ ਹੈ ਖਿਲਕ ਉਤਾਰ ਹੋ ਜਾਏ ਵਜ਼ੀਰ ਸਾਰੇ ਬਾਦਸ਼ਾਹ ਦੇ ਕੋਲ ਪਹੁੰਚ ਗਏ ਨੇ। ਬਾਦਸ਼ਾਹ ਨੇ ਆਖਣਾ ਕੀਤਾ ਕਹਿਣ ਲੱਗਾ ਵੀ ਨਗਰ ਦੇ ਬਾਹਰ ਸੁਣਿਆ ਇੱਕ ਫਕੀਰ ਬੈਠਾ ਜਿਹਨੇ ਤਨ ਉੱਤੇ ਇੱਕ ਵਿਲੱਖਣ ਬਿਸਮਾਦਕ ਚੋਲਾ ਧਾਰਨ ਕੀਤਾ ਤੁਸੀਂ ਹੁਣੇ ਹੀ ਸੈਨਿਕ ਲੈ ਕੇ ਜਾਣਾ ਕਰੋ ਤੇ ਉਹਦੇ ਤਨ ਤੋਂ ਉਹ ਚੋਲਾ ਉਤਾਰ ਕੇ ਲਿਆਉਣਾ ਕਰੋ। ਜੋ ਭਈ ਆਏ ਸਮਾਨ ਚਲਿਓ ਵਜ਼ੀਰੰ ਹੁਣ ਜਦੋਂ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਵਜ਼ੀਰਾਂ ਨੇ ਬਾਦਸ਼ਾਹ ਦੀ ਆਗਿਆ ਨੂੰ ਮੰਨ ਕਰਕੇ ਉਸ ਸਥਾਨ ਵੱਲ ਜਾਣਾ ਕੀਤਾ। ਆਇਓ ਸਿਰੇ ਨਾਨਕ ਕੇ ਤੀਰੰ ਚਲਦਿਆਂ ਚਲਦਿਆਂ ਵਜ਼ੀਰ ਆਪਣੀ ਸੈਨਾ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚ ਗਏ ਹਨ। ਠਾਂਡੋ ਹਵੈ ਕਰ ਗਿਰਾ ਉਚਾਰੀ ਤੇ ਸਤਿਗੁਰੂ ਜੀ ਦੇ ਕੋਲ ਪਹੁੰਚ ਕਰਕੇ ਵਜ਼ੀਰ ਨੇ ਇਹ ਬਾਤ ਆਖਣੀ ਕੀਤੀ। ਦਿਓ ਖਿਲਕਾ ਦਰਵੇਸ਼ ਉਤਾਰੀ ਇਹ ਦਰਵੇਸ਼ ਜਿਹੜਾ ਤੂੰ ਆਪਣੇ ਤਨ ਉੱਤੇ ਚੋਲਾ ਧਾਰਨ ਕੀਤਾ
ਇਹ ਚੋਲਾ ਉਤਾਰ ਕੇ ਸਾਨੂੰ ਦੇਣਾ ਕਰੋ। ਪਾਤਸ਼ਾਹ ਮੰਗਵਾਤ ਵਾਸੂ, ਇਹ ਜਿਹੜਾ ਚੋਲਾ ਹੈ ਇਹ ਸਾਡੇ ਬਾਦਸ਼ਾਹ ਨੇ ਆਪਣੇ ਕੋਲ ਮੰਗਵਾਉਣਾ ਕੀਤਾ ਹੈ। ਹੁਕਮ ਨਾ ਮੋਰੋ ਦੇ ਦੁੱਖ ਰਾਸੂ, ਜੇਕਰ ਤੁਸੀਂ ਸਾਡੇ ਬਾਦਸ਼ਾਹ ਦੇ ਹੁਕਮ ਨੂੰ ਮੰਨਣਾ ਨਹੀਂ ਕੀਤਾ ਤੇ ਫਿਰ ਉਹ ਤੁਹਾਨੂੰ ਬਹੁਤ ਭਿਆਨਕ ਦੁੱਖ ਦੇਣਾ ਕਰੇਗਾ। ਸੁਣ ਕੇ ਸਿਰ ਗੁਰ ਬੈਨ ਉਚਾਰੇ, ਹੁਣ ਜਦੋਂ ਵਜ਼ੀਰ ਨੇ ਆਖਿਆ ਵੀ ਤੁਸੀਂ ਆਪਣਾ ਚੋਲਾ ਉਤਾਰ ਕੇ ਦੇਣਾ ਕਰੋ, ਜੇ ਪਿਆਰ ਨਾਲ ਦੇ ਦੇਵੋਗੇ ਚੰਗਾ, ਨਹੀਂ ਤਾਂ ਬਾਦਸ਼ਾਹ ਤੁਹਾਡੇ ਤੇ ਬਹੁਤ ਜ਼ੁਲਮ ਕਰੇਗਾ, ਤੁਹਾਨੂੰ ਬਹੁਤ ਦੁੱਖ ਦੇਣੇ ਕਰੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਸੁਣ ਕਰਕੇ ਆਪਣੀ ਰਸਨਾ ਤੋਂ ਬਾਤ ਆਖਣੀ ਕੀਤੀ। ਜੇ ਉਤਰੈ ਤੋ ਲਿਹੋ ਉਤਾਰੇ, ਸਤਿਗੁਰੂ ਕਹਿਣ ਲੱਗੇ ਭਾਈ ਜੇ ਤੁਸੀਂ ਮੇਰੇ ਇਸ ਚੋਲੇ ਨੂੰ ਉਤਾਰ ਸਕਦੇ ਹੋ ਮੈਂ ਤੁਹਾਨੂੰ ਰੋਕਾਂਗਾ ਨਹੀਂ, ਤੁਸੀਂ ਪਾਸ ਆ ਕਰਕੇ ਆਪ ਹੀ ਚੋਲਾ ਉਤਾਰਨਾ ਕਰੋ। ਮਿਲ ਕਰ ਸਭੈ ਉਤਾਰਨ ਆਏ, ਹੁਣ ਜਦੋਂ ਸਤਿਗੁਰੂ ਜੀ ਨੇ ਬਚਨ ਕੀਤੇ ਉਸੇ ਸਮੇਂ ਵਜ਼ੀਰ ਨੇ ਇਸ਼ਾਰਾ ਕੀਤਾ, ਕੁਝ ਸੈਨਿਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚ ਕਰਕੇ ਉਹ ਚੋਲਾ ਉਤਾਰਨ ਲੱਗੇ। ਉਤਰਿਓ ਨਹੀਂ ਜ਼ੋਰ ਬੋਲਾਏ, ਬੜਾ ਜ਼ੋਰ ਉਹਨਾਂ ਨੇ ਲਗਾਉਣਾ ਕੀਤਾ ਪਰ ਕਿਸੇ ਵੀ ਰੂਪ ਦੇ ਵਿੱਚ ਚੋਲਾ ਉਤਾਰ ਨਹੀਂ ਸਕੇ। ਖੈਂਚਿਓ ਖਿਚੈ ਨਾ ਪਟਿਓ ਪਹਿ ਪਟਰੈ, ਚੋਲੇ ਨੂੰ ਬਹੁਤ ਖਿੱਚਣ ਦਾ ਯਤਨ ਕੀਤਾ ਵੀ ਸ਼ਾਇਦ ਖਿੱਚਣ ਨਾਲ ਉਤਰ ਜਾਵੇਗਾ, ਅਖੀਰ ਉਹਨੂੰ ਪਾੜਨ ਦੇ ਲਈ ਵੀ ਯਤਨਸ਼ੀਲ ਹੋਏ, ਨਾ ਤਾਂ ਉਹ ਚੋਲੇ ਦਾ ਵਸਤਰ ਪਾਟਿਆਂ ਪਟ ਰਿਹਾ ਹੈ ਤੇ ਨਾ ਹੀ ਸਤਿਗੁਰੂ ਜੀ ਦੇ ਤਨ ਤੋਂ ਉਹ ਖਿੱਚਿਆ ਉਤਰ ਰਿਹਾ ਹੈ। ਅਚਰਜ ਪਏ ਲੋਕ ਸਭ ਲਰਟੈ, ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਤਨ ਤੋਂ ਉਹ ਸੈਨਿਕਾਂ ਨੇ ਚੋਲਾ ਉਤਾਰਨ ਦਾ ਬੜਾ ਯਤਨ ਕੀਤਾ, ਕਾਫੀ ਸਮਾਂ ਖਿੱਚੋ ਤਾਣ ਕਰਦੇ ਰਹੇ ਪਰ ਉਤਾਰ ਨਾ ਸਕੇ, ਅਖੀਰ ਇਹ ਬਿਸਮਾਦਕ ਕੌਤਕ ਦੇਖ ਦੇਖ ਕੇ ਚੋਲੇ ਨੂੰ ਉਤਾਰਦਿਆਂ ਉਤਾਰਦਿਆਂ ਸਾਰੇ ਸੈਨਿਕ ਥੱਕ ਹਾਰ ਗਏ ਹਨ। ਸਾਂ ਸੁਣੀ ਇਸ ਬਿਦ ਸੁਧ ਸਭਹੀ, ਤੇ ਵਜ਼ੀਰਾਂ ਨੇ ਬਾਦਸ਼ਾਹ ਦੇ ਕੁਲ ਜਾਣਾ ਕੀਤਾ, ਜਾ ਕੇ ਸਾਰੀ ਵਾਰਤਾ ਦੱਸਣੀ ਕੀਤੀ, ਕਹਿਣ ਲੱਗੇ ਬਾਦਸ਼ਾਹ ਬੜਾ ਜ਼ੋਰ ਲਗਾਇਆ ਪਰ ਉਹ ਚੋਲਾ ਅਸੀਂ ਤਨ ਤੋਂ ਉਤਾਰ ਨਹੀਂ ਸਕੇ, ਅਸੀਂ ਖਿੱਚ ਕੇ ਉਹਨੂੰ ਲਾਉਣ ਦਾ ਯਤਨ ਕੀਤਾ ਪਾੜਨ ਦਾ ਯਤਨ ਕੀਤਾ ਪਰ ਨਾ ਅਸੀਂ ਉਹਨੂੰ ਖਿੱਚ ਕੇ ਉਤਾਰ ਸਕੇ ਨਾ ਅਸੀਂ ਉਹਨੂੰ ਪਾੜ ਸਕੇ। ਜਦੋਂ ਬਾਦਸ਼ਾਹ ਨੇ ਇਹ ਸਾਰੀ ਬਾਤ ਸੁਣਨੀ ਕੀਤੀ, ਕਿਉਂ ਕ੍ਰੋਧ ਬੋਲਿਓ ਬਚ ਤਬ ਹੀ, ਇਹ ਬਾਤ ਸੁਣ ਕਰਕੇ ਬਹੁਤ ਕ੍ਰੋਧਿਤ ਹੋ ਗਿਆ, ਬੜਾ ਗੁੱਸੇ ਵਿੱਚ ਆ ਗਿਆ, ਇਹ ਬਾਤ ਆਖਣ ਲੱਗਾ। ਯਾ ਮੈਂ ਸਭ ਹਿੰਦੂ ਕੇ ਲੱਛਣ, ਕਹਿਣ ਲੱਗਾ ਵੀ ਇਹ ਜਿਹੜਾ ਫਕੀਰ ਆਪਣੀ ਨਗਰੀ ਦੇ ਅੰਦਰ ਪਹੁੰਚਿਆ, ਇਸ ਫਕੀਰ ਦੇ ਅੰਦਰ ਇਹ ਸਾਰੇ ਗੁਣ ਹਿੰਦੂਆਂ ਵਾਲੇ ਪ੍ਰਤੀਤ ਹੋ ਰਹੇ ਹਨ। ਡੁਬੋ ਅਵਕੇ ਜਾਏ ਵਿੱਚ ਛਿਨ, ਵੀ ਇਹਨੂੰ ਲੈ ਜਾਓ, ਇਹ ਬੜਾ ਚਤੁਰ ਹੈ, ਇਸ ਚਤੁਰ ਫਕੀਰ ਨੂੰ ਲਿਜਾ ਕਰਕੇ ਸਮੁੰਦਰ ਦੇ ਵਿਚਕਾਰ ਡੋਬ ਕੇ ਖਤਮ ਕਰ ਦੇਵੋ। ਦੋਹਰਾ ਸੁਣ ਬਜੇਰ ਗੁਰ ਡਿਗਯੋ, ਹੁਣ ਜਿਸ ਸਮੇਂ ਬਾਦਸ਼ਾਹ ਨੇ ਕਹਿ ਦਿੱਤਾ ਵੀ ਇਹਨੂੰ ਸਮੁੰਦਰ ਦੇ ਅੰਦਰ ਡੋਬ ਕੇ ਖਤਮ ਕਰ ਦੇਵੋ, ਇਹ ਬਾਤ ਸੁਣ ਕਰਕੇ ਵਜ਼ੀਰ ਫਿਰ ਸੈਨਿਕਾਂ ਨੂੰ ਲੈ ਕਰਕੇ ਸਤਿਗੁਰੂ ਜੀ ਕੋਲ ਪਹੁੰਚ ਗਿਆ ਹੈ। ਅਸਤਰ ਇਸ ਕਰ ਸੋਏ, ਬਹੁਤ ਗੁੱਸਾ ਉਹਨੇ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ। ਗਹਿਰ ਗੰਭੀਰ ਸਰਤਾ ਵਿਖੇ ਡਰ ਦਿਓ ਬੋਲੋਏ, ਉਸੇ ਸਮੇਂ ਸੈਨਿਕਾਂ ਨੂੰ ਹੁਕਮ ਕੀਤਾ, ਕਹਿਣ ਲੱਗਾ ਸਤਿਗੁਰੂ ਜੀ ਨੂੰ ਪਕੜ ਕਰਕੇ ਡੂੰਘੀ ਨਦੀ ਦੇ ਅੰਦਰ ਡੋਬ ਦੇਵੋ। ਸੈਨਿਕਾਂ ਨੇ ਹੁਕਮ ਮੰਨਿਆ, ਵਜ਼ੀਰ ਦੇ ਹੁਕਮ ਨਾਲ ਸਤਿਗੁਰੂ ਜੀ ਨੂੰ ਪਕੜ ਕਰਕੇ ਬਹੁਤ ਡੂੰਘੀ ਨਦੀ ਦੇ ਅੰਦਰ ਡੋਬਣ ਦਾ ਯਤਨ ਕੀਤਾ। ਸੋ ਖਿਲਕਾ ਪੀਵਤ ਨਹਿ ਜੋ ਪਇਓ, ਹੁਣ ਜਿਸ ਸਮੇਂ ਉਹ ਲੋਕ ਸਤਿਗੁਰੂ ਜੀ ਨੂੰ ਪਕੜ ਕੇ ਡੂੰਘੀ ਨਦੀ ਦੇ ਅੰਦਰ ਡੋਬਣ ਦਾ ਯਤਨ ਕਰ ਰਹੇ ਨੇ ਪਰ ਜਿਹੜਾ ਸਤਿਗੁਰੂ ਜੀ ਨੇ ਤਨ ਉੱਤੇ ਚੋਲਾ ਧਾਰਨ ਕੀਤਾ
ਉਹ ਚੋਲਾ ਉਸ ਸਮੇਂ ਉਸ ਡੂੰਘੀ ਨਦੀ ਦੇ ਪਾਣੀ ਦੇ ਅੰਦਰ ਭਿੱਜ ਨਹੀਂ ਰਿਹਾ। ਗਨ ਕੋ ਨੀਰ ਨਾ ਤਾ ਪੋਛਿਓ, ਰਤੀ ਮਾਤਰ ਵੀ ਨੀਰ ਉਸ ਚੋਲੇ ਨੂੰ ਛੂਹ ਨਾ ਸਕਿਆ। ਨਿਕਸ ਨਦੀ ਤੇ ਗੁਨੀ ਗਹੀਰਾ, ਉਹਨਾਂ ਲੋਕਾਂ ਨੇ ਨਦੀ ਦੇ ਅੰਦਰ ਡੋਬਣ ਦਾ ਯਤਨ ਤਾਂ ਕੀਤਾ, ਪਰ ਗੁਣਾਂ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਰਤ ਕੇ ਨਦੀ ਤੋਂ ਬਾਹਰ ਆ ਗਏ ਹਨ। ਬੈਠੇ ਬਹਿਰ ਤਸੀ ਕੇ ਤੀਰਾ, ਉਸੇ ਨਦੀ ਦੇ ਕਿਨਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਹਰ ਨਿਕਲ ਕੇ ਬੈਠਣਾ ਕੀਤਾ। ਵਿਖੇ ਤਮਾਸੋ ਨਾਲ ਤਹਿ ਕਾਲਾ, ਹੁਣ ਜਿਸ ਸਮੇਂ ਉੱਥੇ ਖਲੋਤੇ ਲੋਕਾਂ ਨੇ ਇਹ ਬਿਸਮਾਦਕ ਕੌਤਕ ਆਪਣੀਆਂ ਅੱਖਾਂ ਨਾਲ ਵੇਖਣਾ ਕੀਤਾ। ਅਚਰਜਮਾਨਿਓ ਇਹ ਸਾਰੇ ਕੌਤਕ ਨੂੰ ਵੇਖ ਕਰਕੇ ਉਹ ਲੋਕ ਬਹੁਤ ਹੈਰਾਨ ਹੋ ਗਏ। ਬਾਦਸ਼ਾਹ ਕੋ ਖਬਰ ਸੁਣਾਈ, ਉਹਨਾਂ ਦੇ ਵਿੱਚੋਂ ਕਿਸੇ ਨੇ ਜਾ ਕਰਕੇ ਬਾਦਸ਼ਾਹ ਨੂੰ ਸਾਰੀ ਵਾਰਤਾ ਦੱਸਣੀ ਕੀਤੀ। ਗੋਟਤ ਨਹਿ ਬਹੁ ਕੀਨ ਉਪਾਈ, ਇਹ ਬਾਦਸ਼ਾਹ ਸਲਾਮਤ ਤੇਰੇ ਸੈਨਿਕਾਂ ਨੇ ਤੇਰੇ ਵਜ਼ੀਰਾਂ ਨੇ ਉਸ ਦਰਵੇਸ਼ ਨੂੰ ਨਦੀ ਦੇ ਅੰਦਰ ਡੋਬਣ ਦਾ ਬੜਾ ਯਤਨ ਕੀਤਾ, ਪਰ ਕਿਸੇ ਵੀ ਰੂਪ ਦੇ ਅੰਦਰ ਉਹ ਡੁੱਬ ਨਹੀਂ ਸਕਿਆ। ਸਹਾ ਕਰੈ ਪਾਵਕ ਮੈਂ ਜਾਰੂ, ਹੁਣ ਜਦੋਂ ਬਾਦਸ਼ਾਹ ਨੂੰ ਇਸ ਗੱਲ ਦੀ ਖਬਰ ਮਿਲ ਗਈ ਵੀ ਪਾਣੀ ਦੇ ਅੰਦਰ ਡੋਬਿਆਂ ਉਹ ਡੁੱਬਦਾ ਨਹੀਂ, ਵੀ ਬੜਾ ਯਤਨ ਕੀਤਾ ਪਰ ਉਹ ਡੋਬਿਆਂ ਡੁੱਬ ਨਹੀਂ ਰਿਹਾ, ਤੇ ਉਹਨੇ ਕਹਿ ਦਿੱਤਾ, ਕਹਿਣ ਲੱਗਾ ਵੀ ਜੇ ਡੋਬਿਆਂ ਡੁੱਬਦਾ ਨਹੀਂ ਤੇ ਫਿਰ ਬਹੁਤ ਲੱਕੜੀਆਂ ਲੈ ਕਰਕੇ ਉਹਨਾਂ ਲੱਕੜਾਂ ਦੇ ਵਿਚਕਾਰ ਉਸ ਫਕੀਰ ਨੂੰ ਬਿਠਾ ਕੇ ਸਾੜ ਦੇਵੋ। ਲੈ ਕਾਸ਼ਟ ਬੋ ਉੱਪਰ ਡਾਰੋ, ਵੀ ਉਸ ਫਕੀਰ ਦੇ ਉੱਪਰ ਬਹੁਤ ਲੱਕੜਾਂ ਲੈ ਕਰਕੇ ਉੱਪਰ ਪਾ ਦੇਵੋ। ਸੁਣ ਬਜੇਰ ਤਬ ਬੋਹਰ ਸਿਧਾਰਾ, ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਉਸ ਸਮੇਂ ਉਸ ਨਦੀ ਦੇ ਕਿਨਾਰੇ ਤੇ ਬੈਠੇ ਨੇ, ਵਜ਼ੀਰ ਨੇ ਜਦੋਂ ਬਾਦਸ਼ਾਹ ਦੇ ਹੁਕਮ ਨੂੰ ਸੁਣਿਆ ਉਸੇ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚ ਗਿਆ। ਕਾਸ਼ਟ ਕੋ ਵੱਡ ਲਾਏ ਅੰਬਾਰਾ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਪਰ ਲੱਕੜਾਂ ਦਾ ਬਹੁਤ ਵੱਡਾ ਢੇਰ ਲਗਾਉਣਾ ਕੀਤਾ। ਦੋਹਰਾ ਵਿੱਚ ਵਸਾਏ ਸਤਿਗੁਰ ਸੋ ਦਿਸ ਦਿਨ ਲਗਾਏ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਘਰ ਬੈਠੇ ਨੇ, ਉਹਨਾਂ ਦੇ ਉੱਪਰ ਬਹੁਤਾਤ ਲੱਕੜਾਂ ਰੱਖੀਆਂ ਗਈਆਂ ਨੇ, ਬੜਾ ਵੱਡਾ ਢੇਰ ਲਗਾ ਦਿੱਤਾ ਹੈ। ਆਂਚ ਰੋਮ ਕੋ ਨਹੀਂ ਲੱਗੀ ਅਗਨ ਲਈ ਸਤਾਏ, ਉਹਨਾਂ ਨੇ ਅੱਗ ਲਾ ਦਿੱਤੀ ਹੈ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਰੰਚਕ ਮਾਤਰ ਵੀ ਅੱਗ ਦਾ ਸੇਕ ਨਹੀਂ ਲੱਗਾ। ਚੋਪਈ ਕਾਸ਼ਟ ਪਸੰ ਪਏ ਤਿਸ ਥਾਈ, ਜਿਹੜੀਆਂ ਲੱਕੜਾਂ ਦਾ ਵੱਡਾ ਢੇਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਲੇ ਦੁਆਲੇ ਲਗਾਇਆ ਗਿਆ ਸੀ ਉਹ ਸਾਰੀਆਂ ਲੱਕੜਾਂ ਸੜ ਕੇ ਸਵਾਹ ਹੋ ਗਈਆਂ ਤੇ ਉਹਦੀ ਭਸਮ ਦਾ ਵੱਡਾ ਢੇਰ ਲੱਗ ਗਿਆ। ਸਤਿਗੁਰ ਬੈਠੇ ਵਿੱਚ ਸੁਹਾਈ, ਗੁਰੂ ਨਾਨਕ ਸਾਹਿਬ ਮਹਾਰਾਜ ਉਸ ਭਸਮ ਦੇ ਵਿਚਕਾਰ ਬੈਠੇ ਬਹੁਤ ਹੀ ਸੋਹਣੇ ਲੱਗ ਰਹੇ ਹਨ। ਸੁਣ ਖਬਰ ਟੋਪਾ ਪਾਤ ਸਾਹੂ, ਹੁਣ ਕਿਸੇ ਨੇ ਜਾ ਕੇ ਫਿਰ ਬਾਦਸ਼ਾਹ ਨੂੰ ਕਹਿ ਦਿੱਤਾ, ਕਹਿਣ ਲੱਗਾ ਬਾਦਸ਼ਾਹ ਤੂੰ ਤਾਂ ਹੁਕਮ ਕੀਤਾ ਸੀ ਅੱਗ ਨਾਲ ਸਾੜ ਕੇ ਮਾਰ ਦੇਵੋ, ਪਰ ਤੇਰੇ ਵਜ਼ੀਰਾਂ ਨੇ ਤੇਰੇ ਸੈਨਿਕਾਂ ਨੇ ਲੱਕੜਾਂ ਦਾ ਢੇਰ ਲਗਾ ਕੇ ਅੱਗ ਲਗਾਉਣੀ ਵੀ ਕੀਤੀ ਪਰ ਅੱਗ ਵੀ ਰਤਾ ਮਾਤਰ ਵੀ ਉਹਨੂੰ ਛੋਹ ਨਹੀਂ ਸਕੀ, ਅੱਗ ਵੀ ਉਹਨੂੰ ਸਾੜ ਨਹੀਂ ਸਕੀ। ਜਦੋਂ ਇਹ ਬਾਤ ਉੱਥੋਂ ਦੇ ਬਾਦਸ਼ਾਹ ਨੇ ਸੁਣੀ ਤੇ ਬਹੁਤ ਗੁੱਸੇ ਦੇ ਅੰਦਰ ਆ ਗਿਆ। ਇਹੋ ਫਕੀਰ ਚੇਟਰੀ ਆਹੂ, ਕਹਿਣ ਲੱਗਾ ਆਪਣੇ ਵਜ਼ੀਰਾਂ ਨੂੰ ਇਹ ਜਿਹੜਾ ਫਕੀਰ ਹੈ ਇਹ ਜਿਹੜਾ ਦਰਵੇਸ਼ ਹੈ ਇਹ ਬਹੁਤ ਵੱਡਾ ਕਰਾਮਾਤੀ ਹੈ। ਮਮ ਹਦੂਰ ਕਰ ਮਾਰਨ ਅਬਹੂ, ਕਹਿਣ ਲੱਗਾ ਵੀ ਹੁਣ ਇਹਨੂੰ ਮੇਰੇ ਸਾਹਮਣੇ ਲਿਆ ਕਰਕੇ ਮਾਰਨਾ ਕਰੋ। ਅਸ ਕਹਿ ਚੱਲ ਆਇਓ ਟਿਕ ਤਬਹੀ, ਇਸ ਵਚਨ ਆਖ ਕਰਕੇ ਵੀ ਹੁਣ ਮੇਰੇ ਸਾਹਮਣੇ ਤੁਸੀਂ ਮਾਰਿਓ, ਮੈਂ ਵੇਖਾਂਗਾ ਕਿਸ ਤਰੀਕੇ ਨਾਲ ਇਹ ਬਚਦਾ। ਇਹ ਬਾਤ ਆਖ ਕਰਕੇ ਬਾਦਸ਼ਾਹ ਫਿਰ ਉਸ ਸਥਾਨ ਦੇ ਉੱਪਰ ਪਹੁੰਚਿਆ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਭਾਏ ਮਾਨ ਹਨ। ਉਹ ਪਾਹਨ ਕੇ ਤਰੇ ਦਰਬਾਇਓ, ਉਸੇ ਸਮੇਂ ਹੁਕਮ ਦੇ ਦਿੱਤਾ, ਕਹਿਣ ਲੱਗਾ ਵੀ ਭਾਰੇ ਬੜੇ ਵੱਡੇ ਵੱਡੇ ਪੱਥਰ ਲਿਆ ਕੇ
ਉਹਨਾਂ ਦੇ ਥੱਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦਬਾ ਕੇ ਖਤਮ ਕੀਤਾ ਜਾਵੇ। ਭਾਰ ਸਹਿਸ ਮਨ ਉੱਪਰ ਆਇਓ, ਹਜ਼ਾਰਾਂ ਮਨ ਭਾਰ ਜਦੋਂ ਇਹਦੇ ਸਰੀਰ ਦੇ ਉੱਪਰ ਆ ਜਾਵੇਗਾ। ਇਹੋ ਦਬਾਏ ਕਰ ਬੰਦਨ ਸਦਾਰੇ, ਇਸ ਤਰੀਕੇ ਦੇ ਨਾਲ ਇਹਦੀ ਮੌਤ ਹੋ ਜਾਵੇਗੀ। ਸੈਨਿਕਾਂ ਨੇ ਹੁਕਮ ਮੰਨਿਆ, ਬੜੇ ਭਾਰੀ ਭਾਰੀ ਪੱਥਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਪਰ ਰੱਖ ਦਿੱਤੇ। ਹਜ਼ਾਰਾਂ ਮਨ ਭਾਰੇ ਪੱਥਰਾਂ ਦਾ ਭਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਪਰ ਰੱਖ ਕੇ ਬਾਦਸ਼ਾਹ ਪ੍ਰਸੰਨਤਾ ਦੇ ਨਾਲ ਆਪਣੇ ਘਰ ਵਾਪਸ ਪਰਤ ਆਇਆ। ਅਮਰ ਜੈ ਹੈ ਬਚਨ ਉਚਾਰੇ, ਹੁਣ ਜਦੋਂ ਇਹ ਆਪਣੇ ਘਰ ਵਾਪਸ ਆਇਆ, ਆਨ ਬਿਰਾਜੇ ਕਿਰਪਾ ਨਿਧਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਕਿਰਪਾ ਦੇ ਸਾਗਰ ਹਨ, ਜਿਨ੍ਹਾਂ ਨੇ ਜੀਵਾਂ ਦੇ ਉੱਪਰ ਬੇਅੰਤ ਕਿਰਪਾਲਤਾ ਕੀਤੀ ਹੈ, ਉਹ ਦਤਾਰ ਫਿਰ ਉਹ ਪੱਥਰਾਂ ਦੇ ਭਾਰ ਦੇ ਥੱਲਿਓਂ ਨਿਕਲ ਕਰਕੇ ਵਾਪਸ ਆਪਣੇ ਸਥਾਨ ਦੇ ਉੱਪਰ ਪਹੁੰਚ ਗਏ। ਨਰ ਬਿਲੋਕ ਹਿਰਦੈ ਵਸਮਾਏ, ਹੁਣ ਜਦੋਂ ਲੋਕਾਂ ਨੇ ਇਹ ਕੌਤਕ ਵੇਖਣਾ ਕੀਤਾ, ਜਿਨ੍ਹਾਂ ਨੇ ਇਹ ਵੀ ਵੇਖਿਆ ਸੀ ਵੀ ਬਾਦਸ਼ਾਹ ਦੇ ਸਾਹਮਣੇ ਬੜੇ ਭਾਰੇ ਭਾਰੇ ਪੱਥਰ ਸਤਿਗੁਰੂ ਜੀ ਦੇ ਉੱਪਰ ਰੱਖੇ ਗਏ ਨੇ, ਪਰ ਇਹ ਫਿਰ ਆਪਣੇ ਸਾਥੀਆਂ ਦੇ ਕੋਲ ਬੈਠੇ ਨੇ। ਉਹ ਲੋਕਾਂ ਨੇ ਜਦੋਂ ਇਹ ਬਿਸਮਾਦਕ ਕੌਤਕ ਵੇਖਣਾ ਕੀਤਾ ਤੇ ਵੇਖ ਕਰਕੇ ਬਹੁਤ ਹੈਰਾਨ ਹੋ ਗਏ। ਇਹ ਫਕੀਰ ਗਤ ਜਾਣਾ ਜਾਏ, ਉੱਥੇ ਫਿਰ ਉਹਨਾਂ ਨੇ ਇਹ ਬਾਤ ਇੱਕ ਦੂਜੇ ਨੂੰ ਆਖਣੀ ਕੀਤੀ, ਕਹਿਣ ਲੱਗੇ ਵੀ ਇਹ ਜਿਹੜਾ ਫਕੀਰ ਹੈ ਨਾ, ਇਹ ਬਹੁਤ ਕਰਾਮਾਤੀ ਹੈ, ਇਹਦੀ ਅਵਸਥਾ ਨੂੰ ਕੋਈ ਵੀ ਜਾਣ ਨਹੀਂ ਸਕਦਾ। ਬਾਤ ਸਹ ਕੇ ਜਾਏ ਅਗਾਰੀ, ਉਹਨਾਂ ਲੋਕਾਂ ਨੇ ਫਿਰ ਜਦੋਂ ਸਤਿਗੁਰੂ ਜੀ ਨੂੰ ਵੇਖਣਾ ਕੀਤਾ, ਫਿਰ ਦੁਬਾਰਾ ਉਹ ਬਾਦਸ਼ਾਹ ਦੇ ਕੋਲ ਪਹੁੰਚ ਗਏ ਹਨ। ਸੁਧ ਮਾਨਵ ਨੇ ਤਬੈ ਉਚਾਰੀ, ਉਹਨਾਂ ਨੇ ਜਾ ਕਰਕੇ ਨਾ ਫਿਰ ਬਾਦਸ਼ਾਹ ਨੂੰ ਸਾਰੀ ਬਾਤ ਦੱਸਣੀ ਕੀਤੀ। ਐ ਸਾਥੀ ਜੁਗ ਤਹਿ ਥੇ ਬੈਸਾ, ਕਹਿਣ ਲੱਗੇ ਬਾਦਸ਼ਾਹ ਤੂੰ ਤਾਂ ਉਸ ਫਕੀਰ ਨੂੰ ਬੜੇ ਭਾਰੀ ਪੱਥਰਾਂ ਦੇ ਥੱਲੇ ਦੱਬ ਕੇ ਆਇਆ ਸੀ, ਤੂੰ ਤਾਂ ਕਹਿੰਦਾ ਸਾਂ ਇਹਨਾਂ ਪੱਥਰਾਂ ਦੇ ਭਾਰ ਦੇ ਨਾਲ ਮਰ ਜਾਵੇਗਾ, ਪਰ ਉਹ ਤਾਂ ਵੇਖ ਆਪਣੇ ਸਾਥੀਆਂ ਦੇ ਵਿਚਕਾਰ ਬੈਠਾ ਸੋਭਾ ਪਾ ਰਿਹਾ ਹੈ। ਚਿੱਤਰ ਪਇਓ ਬੈਨ ਸੁਣ ਐਸਾ, ਜਦੋਂ ਇਹ ਬਾਤ ਬਾਦਸ਼ਾਹ ਨੇ ਸੁਣਨੀ ਕੀਤੀ, ਜਦੋਂ ਇਹ ਬਾਤ ਸੁਣੀ ਨਾ ਵੀ ਉਹਨੂੰ ਤਾਂ ਮੈਂ ਪੱਥਰਾਂ ਦੇ ਥੱਲੇ ਦੇ ਕੇ ਆਇਆ ਸੀ, ਉਹ ਤਾਂ ਸਾਥੀਆਂ ਵਿੱਚ ਬੈਠਾ ਹੈ। ਇਹ ਬਾਤ ਸੁਣ ਕਰਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ। ਯਾ ਖੁਦਾਏ ਕਿਆ ਪਇਓ ਸਿਰਾਰਾ, ਉੱਚੀ ਆਵਾਜ਼ ਦੇ ਵਿੱਚ ਆਪਣੇ ਸਾਥੀਆਂ ਨੂੰ ਸੁਣਾ ਕੇ ਉਹਨੇ ਇਹ ਬਾਤ ਆਖਣੀ ਕੀਤੀ, ਕਹਿਣ ਲੱਗਾ ਯਾ ਖੁਦਾ ਇਹ ਕਿਹੜਾ ਭੇਦ ਤੂੰ ਦਰਸਾ ਰਿਹਾ ਹੈ। ਮੰਤਰਨ ਮਿਲ ਕਰ ਕੀਨ ਉਚਾਰਾ, ਉਹਨੇ ਆਪਣੇ ਵਜ਼ੀਰਾਂ ਦੇ ਨਾਲ ਮਿਲ ਕਰਕੇ ਇਸ ਬਾਤ ਨੂੰ ਆਖਣਾ ਕੀਤਾ। ਜੇ ਬੈਠੇ ਤੇ ਡਿੱਗ ਦਨਾਏ, ਹੁਣ ਜਿਹੜੇ ਕੁਝ ਦਾਨਿਸ਼ਮੰਦ ਉੱਥੇ ਬੈਠੇ ਸਨ, ਜਿਹੜੇ ਸਿਆਣੇ ਸੱਜਣ ਬੈਠੇ ਸਨ, ਰੱਬ ਦਾ ਡਰ ਭਉ ਮੰਨਣ ਵਾਲੇ, ਕਿਉਂਕਿ ਤਿੰਨ ਵੇਰਾਂ ਯਤਨ ਕੀਤਾ, ਪਹਿਲਾਂ ਡੂੰਘੇ ਪਾਣੀ ਵਿੱਚ ਡਬੋ ਕੇ ਮਾਰਨ ਦਾ ਯਤਨ ਕੀਤਾ, ਅੱਗ ਲਾ ਕੇ ਸਾੜਨ ਦਾ ਯਤਨ ਕੀਤਾ, ਪੱਥਰਾਂ ਥੱਲੇ ਦਬਾ ਕੇ ਸਤਿਗੁਰੂ ਜੀ ਨੂੰ ਖਤਮ ਕਰਨ ਦਾ ਯਤਨ ਕੀਤਾ, ਪਰ ਸੱਚੇ ਪਾਤਸ਼ਾਹ ਜੀ ਨੂੰ ਖਤਮ ਨਾ ਕਰ ਸਕਿਆ। ਹੁਣ ਜਦੋਂ ਤੀਜੀ ਵੇਰ ਦਾ ਸੁਨੇਹਾ ਮਿਲਿਆ, ਸਾਥੀਆਂ ਨਾਲ ਬੈਠਿਆਂ ਕਹਿ ਰਿਹਾ ਯਾ ਖੁਦਾ ਇਹ ਕੀ ਭੇਦ ਹੈ, ਕੁਝ ਸਮਝਾਉਣਾ ਕਰੋ। ਹੁਣ ਜਿਹੜੇ ਦਾਨਿਸ਼ਮੰਦ ਸੱਜਣ ਬੈਠੇ ਸਨ, ਰੱਬ ਦਾ ਡਰ ਭਉ ਮੰਨਣ ਵਾਲੇ, ਪਰਮੇਸ਼ਰ ਦੀ ਬੰਦਗੀ ਨੂੰ ਕਰਨ ਵਾਲੇ, ਕਹਿਣ ਲੱਗੇ ਇਹ ਰੂਪ ਖੁਦਾਏ। ਉਹਨਾਂ ਦਾਨਿਸ਼ਮੰਦ ਸੱਜਣਾਂ ਨੇ ਫਿਰ ਬਾਦਸ਼ਾਹ ਨੂੰ ਆਖਣਾ ਕੀਤਾ, ਕਹਿਣ ਲੱਗੇ ਬਾਦਸ਼ਾਹ ਸਲਾਮਤ ਇਹ ਕੋਈ ਆਮ ਇਨਸਾਨ ਨਹੀਂ, ਇਹ ਤਾਂ ਮਾਨੋ ਖੁਦਾਏ ਦਾ ਰੂਪ ਧਾਰ ਕੇ ਕੋਈ ਇਸ ਧਰਤ ਉੱਪਰ ਆਇਆ ਹੈ। ਔਰਨ ਮੈਂ ਅਜ਼ਮਤ ਨਹੀਂ ਇੰਨੀ, ਵੀ ਅੱਜ ਤੋਂ ਪਹਿਲਾਂ ਇੰਨੀ ਅਜ਼ਮਤ ਇੰਨੀ ਕਰਾਮਾਤ ਕਿਸੇ ਅੰਦਰ ਵੇਖਣੀ ਨਹੀਂ ਕੀਤੀ। ਤੇ ਪਦ ਪੂਜੋ ਸਰਦਾ ਸੇਤੀ, ਐਸੇ ਫਕੀਰ ਦੇ ਨਾਲ ਮੱਥਾ ਲਾਉਣਾ ਬਾਦਸ਼ਾਹ ਠੀਕ ਨਹੀਂ,
बल्कि ऐसे फकीर दे कोल पहुंच करके उदे चरना दे उपर शर्दा दे नाल नत मस्तक होना करिए। करो उपाय तुम सब पचहारे। ये बादशाह तू अपने वलों बड़े यतन कीते, सारे यतन तू कर करके खप के थक गया है। मारियो रहत मारियो मरत नानक सी प्रकारे। तू इस फकीर नू मारन दा यतन बड़ा कीता, हर एक तरीके नल मारन दा यतन कीता, पर किसे भी तरीके नल तू इस फकीर नू मार नहीं सकेया। हुए अधीन गोपद जाई। हुण ओ जिहड़े दानिशमंद ने ना कहिंदे पए ने, कहिंदे बादशाह जी नू तू मार नहीं सकेया, तू यतन बड़े कीते ने, पर ए जिहड़ा फकीर आया ए कोई खुदा दे घरों प्रवान होया, रब दे डर भौ नू मनण वाला। तू यतन कीते पर तेरे सारे यतन व्यर्थ चले गए, हुण इक्को तेरे कोल यतन रह गया, उहदे चरणां दे विच पहुंच करके उहदी अधीनगी प्रवान कर लवो। अजमत देख दीन सो करके। उहदे चरणां विच पहुंच करके तू अपनी खता अपनी भुल नू बख्शा लै, ते जेकर उहने तेरी भुल नू तेरी खता नू बख्श दिता, तेरा जीवन सवर जावेगा। हुण जदों ये बात उन्हां दानिशमंदां ने आखणी कीती, ते गुरमुखो ये अजमत भरे बचन उन्हां सियाने सजना दे मुख तो जदों फकीर ने सुनने कीते। कंपन पात सहा मैं मन के। हुण बादशाह ने बचन सुने ते मन दे अंदर गुरु नानक साहिब जी दा भय मन के थर थर कंबन लगा। बहुत वग्या कीनी मोही। अपने अंतर आत्मे कह रिया, कहिंदा मैं बहुत भारी अवग्या कर दिती है। सर्व बिलायत गर्क ना गोही। किते मेरी कीती हुई अवग्या दा फल, मेरी ए सारी हवस बलायत, मेरा देश गर्क ना हो जावे, क्योंकि वह रब दे घर अंदर खुदा दे घर अंदर प्रवान होया फकीर है। मैं यतन कीते पर मेरे सारे यतन व्यर्थ चले गए। जदों ये बात अपने मन अंतर दे अंदर सोचता पे ते थर थर करके वह बादशाह कंबन लगा। अनक उपायन करम है तारी। उस समय अपने अहलकारां नूं आखिया सी, कहन लगा भी आपां उस फकीर दे चरणां विच जाणा करिए, जाके प्रेम नाल सजदा करके अपनियां कीतियां भुलां नूं बख्शा लईए, किते उह साडे ते मेहर करे, साडे कीते होए औगणां नूं कीतियां गलतियां नूं बख्श देवे। ते गुरमुखो उसे समय उहने हुक्म कीता अपने अहलकारां नूं, कहन लगा बेशकीमती उपहार उपेटावां दे थाल तैयार कीते जावन। लेकर गमन्यो गुरु अगारी। उसे समय अहलकारा ने हुक्म मनना कीता, उपेटावां लै करके बादशाह सतगुरु गुरु नानक साहिब महाराज जी दे चरण कमलां दे अंदर पहुंच गया है। मेचक रंग महा इसकेरो। हुण जिहड़ा ये हवस बलायत दा बादशाह है, एदा रंग काला शाह है। पै करके मन दीन कनेरो। इन्हें अपने मन अंदर सतगुरु जी दा बहुत डर धारण कीता, ते अपने मन नूं सतगुरु जी दे चरण कमलां दे विच दीन कर दिता। आए चरण पंकज लपटायो। सतगुरु जी दे चरण कमलां दे अंदर पहुंच करके पेटावां दा थाल दतार दे चरणां दे विच रख के इन्हें सतगुरु जी दे पवित्र चरण कमलां दे नाल लिपटना कीता। हाथ बंद कै बचन अलायो। दोनों हाथ जोड़ के गरीब नवाज धन गुरु नानक साहिब महाराज जी दे चरण कमलां दे अंदर बेनती करन लगा। मैं बोती कीनी तस सीरंग। कहन लगा हे सतगुरु, मैं तुहाडी असल अजमत नूं समझ नहीं सकिया, सचे पातशाह तुहाडी किरपा तों सखणा रिहा हाँ, मैं बहुत भारी भुलां सचे पातशाह ओ तुहाडी हजूरी दे अंदर कर दित्तियां हन। बख्शो अब तुम गुनी गहीरंग। तुसी गुणा दे खजाने हो,
कृपालता करो मेरिया कीतियां भुला मेरिया कीतियां गलतियां नू बख्श देवो। पीरन पीर के आप खुदाए, तुसी ता पीरां दे पीर हो, तुसी ता आप खुदा हो। ओ परछन नाम रो लखाए, हे सतगुरु गुरु नानक साहब महाराज तुसी आप गुप्त हो, ते आप ही जगत दे अंदर प्रतख रूप दे अंदर विचर रहे हो। रावर कीर जाए उर तरे हो। हुण दोनों हाथ जोड़ करके बादशाह कह रहे हैं, कहिंदा मैं बड़ी वड्डी अवग्या कर दित्ती, बड़ी वड्डी भुल कर दित्ती है। ये दतार मेरी कीती हुई भुल नूं बख्श देना। सचे पातशाह मैं एहो जी अवग्या परत के फिर नहीं करांगा। सतगुरु जी मैं तुहाडे पवित्र हुक्मां दे अनुसार चलना करांगा। बोहर अवग्या फिर ना करूं। दाता जी अपनी रजा दे अनुसार चलाउणा करियो, परत के एहो जी गलती नहीं होवेगी। पा अनजानत पने मह दोसा। सतगुरु जी अनजान पुणे दे अंदर महाराज भुलिया रहा, तुहाडी अजमत नूं समझ नहीं सकिया। सतगुरु जी मैं अनजान सां भी तुसी तां जगत सुधारक, जगत जलंदे दा उधार करन वाले सतगुरु गुरु नानक साहिब महाराज हो। करहो मेहर पर हर उर रोसा। तुसी अपने हिरदे दे विचो रोस नूं अपने गुस्से नूं दूर करके मेरे ते कृपालता कर देवो, मेरे ते मेहर कर देवो। मैं बड़ी भारी अवग्या दतार जी तुहाडे चरणां विच कर दित्ती है। सतगुरु जी मैं तुहाडी अजमत नूं जाणदा नहीं सी, अनजाण पुणे दे विच होईयां गलतियां अपनी कृपा दे नाल तुसी बख्श देवो। दीन देख कर दीन दिखाला। हुण जदों दीनां दे उपर दया करन वाले सतगुरु गुरु नानक साहिब महाराज ने राजे नूं दीन होया वेखणा कीता। कहियो करन उप करन विसाला। हुण सतगुरु जी तां जीवां दे उपर उपकार करन वाले ने, जीवां दे उपर दया करन वाले ने, फिर हुण सचे पातशाह हावस वलायत दे बादशाह दे उपर भी उपकार करन लगे ने। उहनूं भी परोपकारी बचन आ के उहदे जीवन दे अंदर तब्दीली लियाउण लगे ने। उह बादशाह जिहड़ा दोनों हाथ जोड़ करके बार बार कह रहा है भी दाता मैं तुहाडे हुक्म दे अनुसार चलना करांगा, तुसी अपनी रसना तो पवित्र हुक्म आखणा करो, मैं तुहाडे हुक्मां दे अनुसार चलांगा। ते सचे पातशाह जी फिर कृपालता करके अपनी रसना तो पवित्र बचन कहिंदे हन। उह की उपदेश है जो दतार ने अपनी रसना तो आखणा कीता, उह पावन उपदेश आपां कल दे दिन विचारना करांगे। होईयां बेअंत बेअंत भुलां गलतियां बख्श देणियां जी, आप सरबत माई भाई का धनवाद, कोटान कोट शुकर, धन धन श्री गुरु ग्रंथ साहिब महाराज जी का। आओ अदब सहित श्लोक पढ़ के समाप्ति करिए जी। आए प्रभ शरणागति कृपा निद, एक अखर हर मन वसत नानक होत, लिखै कत न छूटियै खिन खिन भूलन, बख्शन हार बख्श लै नानक पार, बख्शन हार बख्श लै नानक पार। वाहिगुरु जी का खालसा वाहिगुरु जी की फतेह।
ਵਾਹਿਗੁਰੂ।